ਜੱਟ ਬੰਦਾ ਡਰਦਾ ਨਹੀਂ ਕਿਸੇ ਗੱਲ ਤੋਂ ਜਿਹੜਾ ਮਰਜ਼ੀ ਆ ਜਾਵੇ ਸਨੀਫਾ ਜੀ ਸਭ ਤੋਂ ਪਹਿਲਾਂ ਮੇਰੀ ਤਰਫੋਂ ਲਾਨਤ ਤੇਰੀ ਸ਼ਕਲ ਤੇ ਐਡਾ ਵੱਡਾ ਮੂੰਹ ਮਰੇ ਲੱਗਦਾ ਧੋਣ ਵਾਲੇ ਕੱਪੜੇ ਬੰਨ ਕੇ ਰੱਖੇ ਨੇ ਮੂੰਹ ਵੇਜਵੇਂ ਘੜੀ ਤੇ 150 ਵਜ ਜਾਵੇ ਇੱਕ ਲਫ਼ਜ਼ ਨਹੀਂ ਤੇਰੇ ਇਸ ਢਾਈ ਮਣ ਦੇ ਮੂੰਹ ਚੋਂ ਨਿਕਲਿਆ ਲੋਕਾਂ ਦੀ ਕਿਸਾਨਾਂ ਦੀ ਸਪੋਰਟ ਵਾਸਤੇ ਗੱਲ ਕਰਨੀ ਪੈ ਜਾਵੇ ਤੇ ਤੇਰਾ ਮੂੰਹ ਅੱਧਾ ਘੰਟਾ ਪਿੱਛੇ ਹੋ ਜਾਂਦਾ ਵੇ ਕਿੱਥੇ ਗਿਆ ਤੇਰਾ ਉਹ ਢਾਈ ਕਿਲੋ ਦਾ ਹੱਥ ਉਹਦੇ ਨਾਲ ਕਿ ਲੋਕਾਂ ਦਾ ਗੱਟਰ ਸਾਫ਼ ਕਰਨਾ ਹੈ ਨਾਲੀਆਂ ਸਾਫ਼ ਕਰਨਾ ਮਰੇ ਮੈਂ ਜੱਟ ਹੈਗਾ ਜੀ ਤੂੰ ਅੰਬ ਦਾ ਜੱਟ ਕਿ ਚੈਨਲ ਦਾ ਜੱਟ ਹੈਂ ചെല്ല മറേ മൂഹ വേ ഗോഡി ਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬਹੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖਿਓ ਜਾਰੀ جنگ ਰੱਖਿਓ ਹੋ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਹੋ ਜਣਾ ਖਣਾ ਹੀ ਡਬਲੂ ਜੋ ਕਸ਼ਮੀਰ ਦੇ ਵਰਗਾ ਨਹੀਂ ਹੋ ਗੜਗਰਸ ਵਾਲਿਆ ਮਰਦਾਂ ਦਾ ਜਨਾਬ ਕਹਿੰਦਿਆ ਕਾ ਕਾਏ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦਿਆ ਉਹ ਦਿੱਲੀ ਵੀ ਡਬ ਲੈਂਦਾ ਸਤ ਸ੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇਸ ਵੇਲੇ ਦੇ ਕੁਝ ਵੱਡੇ ਕੁਝ ਖਾਸ ਅਪਡੇਟ ਲੈ ਕੇ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਏ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ ਕੱਲ 6 ਫਰਵਰੀ ਸੀ ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਦੇ ਵਿੱਚ ਚੱਕਾ ਜਾਮ ਦੀ ਕਾਲ ਦਿੱਤੀ ਗਈ ਤੇ ਦੋਸਤੋ ਇਹ ਚੱਕਾ ਜਾਮ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ ਪੂਰੇ ਦੇਸ਼ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਵੇਂ ਕਿ ਪੂਰਾ ਜਨਜੀਵਨ ਰੁਕ ਹੀ ਗਿਆ ਸੀ ਤੇ ਦੋਸਤੋ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਤਾਂ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜੁੜ ਰਹੀ ਹੈ ਪਰ ਉਹ ਬਾਲੀਵੁੱਡ ਜੋ ਕਿ ਹੁਣ ਤੱਕ ਕਿਸਾਨਾਂ ਦੇ ਨਾਂ ਤੇ ਕਦੇ ਪੰਜਾਬ ਦੇ ਨਾਂ ਤੇ ਕਦੇ ਪੰਜਾਬ ਦੀ ਪੱਗ ਦੇ ਨਾਂ ਤੇ ਤੇ ਕਦੇ ਪੰਜਾਬ ਦੇ ਖੇਤਾਂ ਦੇ ਨਾਂ ਤੇ ਲੱਖਾਂ ਕਰੋੜਾ ਰੁਪਇਆ ਕਮਾਉਂਦਾ ਰਿਹਾ ਪਰ ਜਦੋਂ ਹੁਣ ਪੰਜਾਬ ਨੂੰ ਜ਼ਰੂਰਤ ਹੈ ਤਾਂ ਉਸ ਨੇ ਪੰਜਾਬ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਤਾਂ ਕੀ ਮਾਰਨਾ ਪਰ ਜਦੋਂ ਹਾਲੀਵੁੱਡ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ ਰਿਹਾਨਾ ਵੱਲੋਂ ਇੱਕ ਟਵੀਟ ਕੀਤਾ ਗਿਆ ਤਾਂ ਇਹੇ ਖੁੱਡਾਂ ਦੇ ਵਿੱਚੋਂ ਬਾਹਰ ਨਿਕਲ ਆਏ ਤੇ ਕਿਸਾਨੀ ਸੰਘਰਸ਼ ਨੂੰ ਇੱਕ ਪ੍ਰੋਪਗੈਂਡਾ ਦੱਸਦੇ ਹੋਏ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸੇਮ ਪੋਸਟਾਂ ਸੇਮ ਹੈਸ਼ਟੈਗ ਦੇ ਤਹਿਤ ਪਾਉਣ ਲੱਗੇ ਜਿਸ ਦਾ ਕੀ ਖੁਲਾਸਾ ਵੀ ਬਹੁਤ ਜਲਦੀ ਹੋ ਗਿਆ ਪਰ ਦੋਸਤੋ ਉੱਥੇ ਹੀ ਪੰਜਾਬ ਦੀ ਧਰਤੀ ਤੇ ਜਨਮੇ ਤੇ ਪੰਜਾਬ ਦੇ ਨਾਲ ਜੁੜੇ ਹੋਏ ਯੋਗਰਾਜ ਸਿੰਘ ਨੇ ਵੀ ਜਦੋਂ ਕਿਸਾਨਾਂ ਦੇ ਖਿਲਾਫ ਇਸ ਧਰਨੇ ਇਸ ਸੰਘਰਸ਼ ਨੂੰ ਪ੍ਰੋਪਗੈਂਡਾ ਦੱਸਿਆ ਜੁਬਰਾ ਸਿੰਘ ਦੇ ਪਿਤਾ ਯੋਗਰਾ ਸਿੰਘ ਜੋ ਕਿ ਇਸ ਕਿਸਾਨੀ ਸੰਘਰਸ਼ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਉਹਨਾਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਆਪਣੇ ਪੁੱਤ ਦੇ ਮੋਹ ਨੂੰ ਵੀ ਪਾਸੇ ਕਰ ਦਿੱਤਾ ਤੇ ਜਦੋਂ ਜੁਬਰਾ ਸਿੰਘ ਦੇ ਪੈਟਰੋਲ ਪੰਪ ਤੇ ਕੁਝ ਕਿਸਾਨ ਕੁਝ ਨੌਜਵਾਨ ਜੁਬਰਾ ਸਿੰਘ ਦੇ ਟਵੀਟ ਤੋਂ ਬਾਅਦ ਉਹਨਾਂ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਤਾਂ ਯੋਗਰਾ ਸਿੰਘ ਨੇ ਇਸ ਵੇਲੇ ਇਨਾ ਕਿਸਾਨਾਂ ਦਾ ਇਨਾ ਨੌਜਵਾਨਾਂ ਦਾ ਸਾਥ ਦਿੱਤਾ ਤੇ ਯੋਗਰਾਜ ਸਿੰਘ ਦੇ ਖਿਲਾਫ ਆਪ ਵੀ ਨਾਰੇਬਾਜੀ ਕੀਤੀ ਤੇ ਇਸ ਵੇਲੇ ਯੋਗਰਾਜ ਸਿੰਘ ਦੀ ਇੱਕ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਦੇ ਵਿਚਾਰ ਨੇ ਉਹ ਤੁਹਾਡੇ ਨਾਲ ਇੱਥੇ ਸਾਂਝੇ ਕਰਦੇ ਆਂ ਬਾਕੀ ਦੋਸਤੋ ਜਿਵੇਂ ਬਾਲੀਵੁੱਡ ਦੇ ਸਤਾਰਿਆਂ ਬਾਰੇ ਤੇ ਉਹਨਾਂ క్రికెਟ ਦੇ ਪਲੇਅਰਸ ਬਾਰੇ ਤੁਸੀਂ ਕੀ ਕਹੋਗੇ ਜੋ ਕਿ ਇਸ ਵੇਲੇ ਸਰਕਾਰ ਦੀ ਬੋਲੀਬੋਲ ਰਹੇ ਨੇ ਤੇ ਕਿਸਾਨੀ ਸੰਘਰਸ਼ ਨੂੰ ਇੱਕ ਪ੍ਰੋਪਗੈਂਡਾ ਦੱਸ ਰਹੇ ਨੇ ਵੀ ਆ ਜੀਏ ਮੈਂ ਆਪਣੇ ਪੁੱਤ ਵਾਸਤੇ ਜਾਂ ਮੇਰੀ ਧੀ ਵਾਸਤੇ ਨੋ 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 ਬਿਲਕੁਲ ਢੇਲਾ ਨਹੀਂ ਹੈਗਾ ਜੱਟ ਕੋ ਸਿੱਧੀ ਜੀ ਗੱਲ ਹੈ ਜਾਓ ਆਪ ਦਾ ਪੜਾ ਦਾ ਲਿਖਾ ਦਾ ੁੱਡੋ ਮੌਜਾ ਮਾਰੋ ਦੱਸ ਦੋ ਬਿਆ ਆ ਦੋਸਤੋ ਜਿੱਥੇ ਬਾਲੀਵੁੱਡ ਇਸ ਵੇਲੇ ਸਰਕਾਰ ਦੀ ਬੋਲੀ ਬੋਲ ਰਿਹਾ ਤੇ ਇਸ ਬੋਲੀ ਦੇ ਪਿੱਛੇ ਕੀ ਕਾਰਨ ਹੈ ਇਹ ਵੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਨੇ ਜਿਸ ਬਾਰੇ ਕਿ ਕੱਲ ਮੰਗਲ ਢਿੱਲੋਂ ਨੇ ਸਾਡੇ ਨਾਲ ਹੋਈ ਗੱਲਬਾਤ ਦੇ ਦੌਰਾਨ ਕੁਝ ਵੱਡੇ ਖੁਲਾਸੇ ਵੀ ਕੀਤੇ ਸਨ ਜਿਹੜੇ ਦੋਸਤਾਂ ਨੇ ਉਹ ਵੀਡੀਓ ਨਹੀਂ ਦੇਖੀ ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਇਸ ਤੋਂ ਪਹਿਲੀ ਵੀਡੀਓ ਦੇਖ ਸਕਦੇ ਨੇ ਜਿੱਥੇ ਕਿ ਬਾਲੀਵੁੱਡ ਦੇ ਐਕਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਮੰਗਲ ਢਿੱਲੋਂ ਨੇ ਅੰਦਰਲੀਆਂ ਗੱਲਾਂ ਦੇ ਕੁ ਖੁਲਾਸੇ ਕੀਤੇ ਨੇ ਤੇ ਦੋਸਤੋ ਉੱਥੇ ਹੀ ਸੱਤਰੂਗਨ ਸੈਨਾ ਜੋ ਕਿ ਬਾਲੀਵੁੱਡ ਦੇ ਇੱਕ ਵੱਡੇ ਸੁਪਰਸਟਾਰ ਨੇ ਤੇ ਉਹਨਾਂ ਨੇ ਵੀ ਕੁਝ ਨਿੱਜੀ ਚੈਨਲਾਂ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਬਾਲੀਵੁੱਡ ਦੇ ਫੇਕ ਸਤਾਰਿਆਂ ਬਾਰੇ ਵੱਡੇ ਖੁਲਾਸੇ ਕੀਤੇ ਨੇ ਕਿ ਹੁਣ ਤੱਕ ਚੁੱਪ ਰਹਿਣ ਵਾਲੇ ਆਖਰ ਹਾਲੀਵੁੱਡ ਦੇ ਵਿੱਚੋਂ ਜਦੋਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਆਵਾਜ਼ ਆਈ ਤਾਂ ਇਸ ਨੂੰ ਪ੍ਰੋਪਗੈਂਡਾ ਕਿਉਂ ਦੱਸ ਰਹੇ ਨੇ ਤੇ ਕੁਝ ਸਟਾਰੇ ਜੋ ਕਿ ਬਾਹਰਲੇ ਹਾਲੀਵੁੱਡ ਦੇ ਸਟਾਰਾਂ ਨੂੰ ਕਹਿ ਰਹੇ ਨੇ ਕਿ ਇਹ ਤਾਂ ਸਾਡੇ ਦੇਸ਼ ਦੀ ਅੰਦਰੂਨੀ ਗੱਲ ਹੈ ਤੁਸੀਂ ਦਖਲ ਨਾ ਦਿਵੋ ਤਾਂ ਅਜਿਹੇ ਸਟਾਰੇ ਬਾਹਰਲੇ ਦੇਸ਼ ਦੇ ਲੋਕਾਂ ਦੇ ਮਾਮਲਿਆਂ ਦੇ ਵਿੱਚ ਕਿਉਂ ਦਖਲ ਅੰਦਾਜ਼ੀ ਕਰਦੇ ਨੇ ਜਦੋਂ ਗੱਲ ਇਨਸਾਨੀਅਤ ਦੀ ਆਉਂਦੀ ਹੈ ਤਾਂ ਹਰ ਕੋਈ ਬੋਲਦਾ ਹੀ ਹੈ ਔਰ ਤੁਸੀਂ ਵੀ ਝਲਕ ਮਾਰੋ 70 ਗਨ ਸੈਨਾ ਦੀ ਵਾਇਰਲ ਹੋ ਰਹੀ ਇਸ ਕਲਿੱਪ ਤੇ ਤੇ ਦਬਾਅ ਕੀ وجہ سے ਜ਼ੋਰ ਕੀ وجہ سے ਜਾਂ ਘਬਰਾਹਟ ਕੀ وجہ سے ਇਨੀ ਵਿੱਚ ਸਾਰੇ ਲੋਕਾਂ ਨੇ ਜੋ ਕਿਹਾ ਹੈ इनको ਵੀ ਬੋਲਣ ਦੀ ਆਜ਼ਾਦੀ ਹੈ ਜ਼ਰੂਰ ਬੋਲ ਸਕਤੇ ਹਨ लेकिन थोड़ा अगर पहले भी बोलते तो और अच्छा होता बढ़िया होता जब कहते कि हमारे किसान इतने कड़ाके के ठंड में इतनी यातना इतना जुल्म इतनी परेशानी हो रही है उनको ਸੋ ਦੋਸਤੋ ਇਹ ਸੰ 70 ਗਨ ਸੈਨਾ ਜਿਨ੍ਹਾਂ ਨੂੰ ਕਿ 70 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਦੋਸਤੋ ਇੱਥੇ ਇਹ ਵੀ ਗੱਲ ਸੱਚ ਹੋ ਗਈ ਹੈ ਕਿ ਇਸ ਵੇਲੇ 70 ਜੋ ਕੀ ਹਨ ਉਹ ਹੀਰੋ ਬਣ ਕੇ ਸਾਹਮਣੇ ਆਏ ਨੇ ਤੇ ਜੋ ਫਿਲਮਾਂ ਦੇ ਵਿੱਚ ਹੀਰੋ ਦਾ ਕਰੈਕਟਰ ਨਿਭਾਉਂਦੇ ਸਨ ਉਹ ਅਸਲ ਜ਼ਿੰਦਗੀ ਦੇ ਵਿੱਚ ਵਿਲਨ ਸਾਬਤ ਹੋਏ ਨੇ ਉੱਥੇ ਹੀ ਦੋਸਤੋ ਇਸ ਵੀਡੀਓ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਹੈ ਕਿ 70 ਗਨ ਸੈਨਾ ਨੇ ਜਿੱਥੇ ਕਿ ਇਹਨਾਂ ਬਾਲੀਵੁੱਡ ਦੇ ਸਟਾਰਾਂ ਨੂੰ ਚੰਗੀ ਲਾਹ-ਪਾ ਕੀਤੀ ਹੈ ਉੱਥੇ ਇਹਨਾਂ ਦੇ ਬਿਆਨ ਤੋਂ 24 ਘੰਟੇ ਦੇ ਵਿੱਚ ਵਿੱਚ ਹੀ ਵੱਡੇ ਖੁਲਾਸੇ ਸਾਹਮਣੇ ਕਿ ਇਹਨਾਂ ਦਾ ਨੰਗਾ ਸੱਚ ਵੀ ਸਾਹਮਣੇ ਰੱਖ ਦਿੱਤਾ ਹੈ। ਉੱਥੇ ਦੋਸਤੋ ਸਲਮਾਨ ਖਾਨ ਨੇ ਕਿਸਾਨਾਂ ਦੀ سپورਟ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਜੋ ਸਹੀ ਹੈ ਉਹ ਸਭ ਨਾਲ ਠੀਕ ਹੋਣਾ ਚਾਹੀਦਾ ਹੈ ਤੇ ਜੋ ਗਲਤ ਹੋ ਰਿਹਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ। ਸੋ ਦੋਸਤੋ ਇਹਨਾਂ ਬਾਲੀਵੁੱਡ ਦੇ ਸਤਾਰਿਆਂ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਕਿ ਅਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਜਾਂ ਫਿਰ ਨਹੀਂ ਜੋ ਕਿ ਹੁਣ ਤੱਕ ਪੰਜਾਬ ਅਤੇ ਪੰਜਾਬੀਅਤ ਦੇ ਨਾਂ ਤੇ ਲੋਕਾਂ ਨੂੰ ਬੇਬਕੂਫ ਬਣਾ ਕੇ ਇਮੋਸ਼ਨਲੀ ਬਲੈਕਮੇਲ ਕਰ ਰਹੇ ਸਨ ਉਹਨਾਂ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਸਾਡੀ ਧੰਮ ਦੇ ਆਉਣ ਵਾਲੇ ਜਿਹੜੀ ਦਾ ਬਾਪ ਲੱਖਾਂ ਹੀ ਹਨ ਤੇ ਜੀਬ ਜੀ ਨੂੰ ਅੱਜ ਜੇ ਬਚਾ ਸਕਦੇ ਹੋ ਤਾਂ ਬਚਾ ਲੋ ਇਹ ਗਦਾਬ ਨਹੀਂ ਹੈ ਨਾ ਇਹਨਾਂ ਦੇ ਬਹੁਤ ਗਦਾਬੀ ਦਾ ਟੌਪਿਕ ਹੈ ਨਾ ਕਰ ਦੂਗਾ ਜਨੀ ਸਟੇਜਾ ਨਾ ਇਸ ਯੋਗ ਤਰ੍ਹਾਂ ਕੇ ਨਹੀਂ ਸਟੇਜਾ ਇਨਕੀ ਨਾਂ ਦੇ ਸਿਧੂ ਨਾ ਸਦਾਣਾ ਕਿਸੇ ਦਾ ਨਾਂ ਨਹੀਂ ਲੈਂਦੀ ਕੋ ਚਾਹ ਕੇ ਜਿਹੜੀ ਇਹ ਸਟੇਜਾ ਦੋਸਤੋ 26 ਜਨਵਰੀ ਨੂੰ ਜੋ ਵੀ ਹੋਇਆ ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਨੇ ਜਿਸ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਕੁਝ ਲੋਕਾਂ ਵੱਲੋਂ ਦੀਪ ਸਿੱਧੂ ਤੇ ਲੱਖਾ ਸਿਧਾਨਾ ਨੂੰ ਮਾੜਾ ਬੋਲਿਆ ਗਿਆ ਹਾਲਾਂਕਿ ਸਮਾਂ ਬੀਤਣ ਦੇ ਨਾਲ-ਨਾਲ ਲੱਖਾ ਸਿਧਾਨਾ ਤੇ ਦੀਪ ਸਿੱਧੂ ਦੀ ਸਪੋਰਟ ਵੱਧਦੀ ਜਾ ਰਹੀ ਹੈ ਤੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਸਾਹਮਣੇ ਆ ਰਹੇ ਨੇ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਕਿ ਤੁਸੀਂ ਹੁਣੇ ਝਲਕ ਮਾਰੀ ਜਿੱਥੇ ਕਿ ਇੱਕ ਉੱਤਰਨੇ ਦੇ ਦੌਰਾਨ ਜਦੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਇੱਕ ਮਾਤਾ ਵੱਲੋਂ ਬੋਲਿਆ ਗਿਆ ਤਾਂ ਇੱਕ ਕਿਸਾਨ ਜਥੇਬੰਦੀ ਦੇ ਆਗੂ ਵੱਲੋਂ ਉਹਨਾਂ ਨੂੰ ਵਿੱਚ ਹੀ ਰੋਕ ਦਿੱਤਾ ਗਿਆ ਉਹਨਾਂ ਤੋਂ ਮਾਈਕ ਖੋਹ ਲਿਆ ਗਿਆ ਤੁਸੀਂ ਜਿਹੇ ਮਸਲੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਨਾ ਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਵੀ ਆਪਣੇ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਕੇ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਲੋਕ ਸਪੋਰਟ ਦੇ ਵਿੱਚ ਹਨ ਜਾਂ ਫਿਰ ਉਹਨਾਂ ਦੇ ਖਿਲਾਫ ਹਨ ਉਥੇ ਦੋਸਤੋ ਦਿਲਪ੍ਰੀਤ ਢਿੱਲੋਂ ਦੀ ਵਾਈਫ ਅੰਬਰ ਢਾਲੀਵਾਲ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਉਹਨਾਂ ਨੇ ਕਿਸਾਨੀ ਸੰਘਰਸ਼ ਦੇ سپورਟ ਦੇ ਵਿੱਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਿੱਥੇ ਕਿ ਉਹਨਾਂ ਨੇ ਆਪਣੀ ਲਾਈਵ ਵੀਡੀਓ ਦੇ ਵਿੱਚ ਕਿਸਾਨੀ ਸੰਘਰਸ਼ ਦੇ ਬਾਰੇ ਬੋਲਿਆ ਉੱਥੇ ਹੀ ਰਹਿਾਨਾ ਦੇ ਟਵੀਟ ਤੋਂ ਬਾਅਦ ਕਿਸਾਨੀ سپورਟ ਦੇ ਵਿੱਚ ਆਏ ਕੁਝ ਲੋਕਾਂ ਬਾਰੇ ਵੀ ਵੱਡੇ ਖੁਲਾਸੇ ਕਰ ਦਿੱਤੇ ਨੇ ਆਓ ਇੱਕ ਝਲਕ ਮਾਰੋ ਉਹਨਾਂ ਦੀ ਇਸ ਵੀਡੀਓ ਤੇ ਜਿਸ ਤੋਂ ਬਾਅਦ ਕੁਝ ਹੋਰ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਸ਼ਿਕਾ ਗਾਇਜ਼ ਮੈਂ ਲਾਈਵ ਤਾਂ ਹਾਂ ਯਾ ਮੈਂ ਸਿਰਫ ਥੋੜੀ ਜੀਆਂ ਗੱਲਾਂ ਕਰਨੀਆਂ ਸੀਗੀਆਂ ਤੁਹਾਡੇ ਨਾਲ ਅਮ ਇੱਕ ਗੱਲ ਮੈਂ ਕਰਨੀ ਸੀਗੀ ਕਿ ਜਿਨਾਂ ਕੋ ਪਲੈਟਫਾਰਮਸ ਆ ਜਿਨਾਂ ਕੋ 2-4 ਫਾਲੋਅਰਸ ਹੈਗੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਸਹੀ ਰੀਜ਼ਨ ਲਈ ਉਹਨਾਂ ਨੂੰ ਵਰਤ ਨਹੀਂ ਰਹੇ ਰਾਈਟ ਕਿਉਂਕਿ ਹੁਣ ਵਾਟਵਰ ਇਸ ਹੈਪਨਿੰਗ ਇਨ ਇੰਡੀਆ ਬੋਥ ਲੋਡ ਆ ਸਾਨੂੰ ਟੂ ਸਪਰੈਡ ਅਵੇਅਰਨੈਸ ਐਂਡ ਇਸ ਸੋਸ਼ਲ ਮੀਡੀਆ ਕਰਕੇ ਹੀ ਪੋਸਟਾਂ ਪਾ ਪਾ ਕੇ ਸ਼ੇਅਰ ਕਰ ਕਰਕੇ ਫਾਇਦਾ ਸਾਡਾ ਇਹੀ ਹੋਇਆ ਕਿ ਇੱਥੇ ਵਾਲਿਆਂ ਕੋ ਵੀ ਖਬਰ ਪਹੁੰਚ ਗਈ ਹੈ ਇੱਥੇ ਵਾਲੇ ਵੀ ਸਪੋਰਟ ਕਰਨ ਲੱਗੇ ਆ which is a big deal ਹੈ ਨਾ ਕਿਉਂਕਿ now we've got the attention of bigger authorities who can help the situation right they ਦੂਜੀ ਗੱਲ ਮੈਂ ਇਹ ਕਹਿਣੀ ਸੀ ਕਿ ਹੁਣ ਜਿਹੜੇ ਸਪੋਰਟ ਕਰਨ ਲੱਗੇ ਐ ਸਪੈਸ਼ਲੀ ਸਾਡੇ ਪੰਜਾਬੀ ਜਿਹੜੇ ਆ ریحਾਨਾ ਦੇ ਟਵੀਟਸ ਦੇ ਕੇ ਗੜਾ ਦੇ ਟਵੀਟਸ ਦੇ ਕੇ ਜਿਹੜਿਆ ਵੱਡੇ ਵੱਡੇ ਜਿਦਾਂ ਫੁੱਟਬਾਲ ਪਲੇਅਰਸ ਬਾਸਕਟਬਾਲ ਪਲੇਅਰਸ ਹੋਣ ਹੋਣ ਜਿਹੜੇ ਬੋਲਣ ਲੱਗੇ ਆ ਇਹ ਗੱਲ ਆ ਤੁਸੀਂ ਸਪੋਰਟ ਕਰ ਰਹੇ ਹੋ ਬਟ ਇੱਕ ਗੱਲ ਤੁਸੀਂ ਸੋਚ ਲਿਓ ਕਿ ਤੁਸੀਂ ਤੁਹਾਨੂੰ ਪਹਿਲਾਂ ਤੋਂ ਪਤਾ ਆ ਕਿ ਕੀ ਹੋ ਰਿਹਾ ਤੁਹਾਨੂੰ ਤੁਹਾਡੇ ਤੋਂ ਤੁਹਾਡੇ ਕੋ ਪਹਿਲਾਂ ਦਾ ਪਤਾ ਕਿ ਉੱਥੇ ਕੀ ਚੱਲ ਰਿਹਾ ਆ اسپੈਸ਼ਲੀ ਸਾਡੇ ਬਜ਼ੁਰਗਾਨਾ ਯੂ نو ਤੁਹਾਡੇ ਕੋ ਵੀਡੀਓਜ਼ ਵੀ ਆ ਰਹੀਆਂ ਨੇ ਤੁਹਾਡੇ ਕੋ ਖਬਰਾਂ ਵੀ ਆ ਰਹੀਆਂ ਨੇ ਕਿ ਆ ਕੁਝ ਹੋ ਰਿਹਾ ਆ ਏਨ ਤੁਸੀਂ ਅੱਜ ਤੱਕ ਬੋਲੇ ਨਹੀਂ ਬਸ ਜਦੋਂ ਰਿਆਨਾ ਨੇ ਟਵੀਟ ਕੀਤਾ ਉਦੋਂ ਤੁਸੀਂ ਬੋਲਣ ਲੱਗੇ ਉਦੋਂ ਤੁਹਾਨੂੰ ਦੁੱਖ ਲੱਗਾ ਉਹਨਾਂ ਨੇ ਤਾਂ ਉਦੋਂ ਹੀ ਕਹਿਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕੀ ਹੋ ਰਿਹਾ ਆ ਉਹਨਾਂ ਨੇ ਤਾਂ ਉਦੋਂ ਹੀ ਕਹਿਤਾ ਕਿ ਇਹ ਗਲਤ ਗੱਲ ਆ ਰਾਈਟ ਬਸ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਸੀ ਕਿ ਸਾਡੇ ਲੋਕਾਂ ਨਾਲ ਉਹ ਗਲਤ ਗੱਲ ਹੋ ਰਹੀ ਆ ਤੇ ਸਾਨੂੰ ਬੋਲਣਾ ਚਾਹੀਦਾ ਮਤਲਬ ਇਹ ਗੱਲ ਸੋਚ ਲਿਆ ਕਰੋ ਯਾਰ ਬਹੁਤ ਗਲਤ ਗੱਲ ਆ ਤੁਹਾਡੀ ਜਿਹੜੇ ਜਿਨ੍ਹਾਂ ਨੇ ਨਹੀਂ ਕੁਛ ਕਿਹਾ ਸੀਗਾ ਪਹਿਲਾਂ ਮੈਂ ਇੱਕ ਗੱਲ ਇਹ ਕਹਿਣੀ ਸੀਗੀ ਜਸ ਜਿਨ੍ਹਾਂ ਕੋ ਪਲੈਟਫਾਰਮਸ ਆ ਜਸ ਰਿਮਾਈਂਡ देम ਹਨਾ ਕਿ ਐਸ ਟਾਈਮ ਸਾਡੇ ਕਿਸਾਨ ਜਿਆਦਾ ਜ਼ਰੂਰੀ ਨੇ ਜੋ ਕੁਝ ਉਹਨਾਂ ਨਾਲ ਹੋ ਰਿਹਾ ਆ ਉਹ ਜਿਆਦਾ ਜ਼ਰੂਰੀ ਆ ਹਾਂਜੀ ਲਾਈਕ ਕੋਲਾਬੋਰੇਸ਼ਨਸ ਹੁੰਦੀ ਆ ਸੋਮਟਾਈਮਸ ਪੀਪਲ ਆਰ ਪੇਡ ਟੂ ਡੂ ਸਰਟਨ ਪੋਸਟ ਦੇ ਉਹਨਾਂ ਨੂੰ ਪੋਸਟਾਂ ਕਰਨੀਆਂ ਪੈਂਦੀਆਂ ਆ ਰਾਈਟ ਬਟ ਪੋਸਟਾਂ ਪਾਓ ਹੋਰ ਵੀ ਪਾਓ but kasana de bare vi pao oh vi bahut zaruri this time and just make sure you're using the pl your platform for the right reasons you know tharde followers bhi indians ne kafi and it's important to like keep spreading awareness keep doing that kyunki ede karke hi apa this time inni like apa inni jada importance li aandi uh movement the right ਹਾਂ ਹੀ ਤਾਂ ਰਿਆਨ ਨੂੰ ਪਤਾ ਲੱਗਾ ਤਾਂ ਹੀ ਤਾਂ ਇੱਥੇ ਵਾਲਿਆਂ ਨੂੰ ਪਤਾ ਲੱਗਾ ਕਿ ਕੀ ਕੁਝ ਹੋ ਰਿਹਾ ਕਿਉਂਕਿ ਅਸੀਂ ਪੋਸਟਾਂ 'ਪਾ ਰਹੇ ਹਾਂ ਅਸੀਂ ਯੂ نو एवरीवन'ਸ ਟਵੀਟਿੰਗ एवरीवन'ਸ ਡੂਇੰਗ देयर ਜੌਬ ਵਾਟ ਦੇ ਸ਼ੁੱਡ ਬੀ ਡੂਇੰਗ ਇਹ ਹੀ ਦੋ ਚਾਰ ਗੱਲਾਂ ਕਰਨੀਆਂ ਸੀ ਉੱਥੇ ਦੋਸਤ ਇੱਕ ਹੋਰ ਖਾਸ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਸਰਕਾਰ ਵੱਲੋਂ ਇੱਕ ਹੋਰ ਗੰਦੀ ਚਾਲ ਚੱਲੀ ਗਈ ਹੈ ਜਿੱਥੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨੀ ਸੰਘਰਸ਼ ਦੀ ਸਪੋਰਟ ਦੇ ਵਿੱਚ ਪੰਜਾਬੀ ਕਲਾਕਾਰਾਂ ਵੱਲੋਂ ਪਿਛਲੇ ਸਮੇਂ ਜੋ ਵੀ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਉਹਨਾਂ ਨੂੰ YouTube ਤੋਂ ਡਿਲੀਟ ਕਰਵਾ ਦਿੱਤਾ ਗਿਆ ਜਿੱਥੇ ਕਿ YouTube ਵੱਲੋਂ ਇਸ ਗਾਣੇ ਨੂੰ ਡਿਲੀਟ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਗਵਰਨਮੈਂਟ ਵੱਲੋਂ ਕੋਈ ਲੀਗਲ ਨੋਟਿਸ ਦੇਣ ਦੇ ਕਾਰਨ ਦੋਸਤੋ ਤੁਸੀਂ ਜੋ ਸਰਕਾਰ ਵੱਲੋਂ ਇਹ ਗੀਤ ਡਿਲੀਟ ਕਰਵਾਏ ਗਏ ਹਨ ਉਹਨਾਂ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਨਾ ਕਿ ਲੋਕਤੰਤਰ ਦੇ ਵਿੱਚ ਅਜਿਹੇ ਜੋ ਚਾਲਾਂ ਚੱਲੀਆਂ ਜਾ ਰਹੀਆਂ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਤੇ ਦੋਸਤੋ ਇਸ ਦੇ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡੇ ਤੋਂ ਲੈਣੇ ਇਜਾਜ਼ਤ ਇਸ ਅਪਡੇਟਸ ਦੀ ਲੜੀ ਦੇ ਵਿੱਚ ਇੰਨਾ ਹੀ ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀਆਂ ਤਾਜ਼ਾ ਖਬਰਾਂ ਕਿਸਾਨੀ ਸੰਗਠਨਾਂ ਨਾਲ ਜੁੜਿਆ ਹਰ ਇੱਕ ਅਪਡੇਟ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਤੁਹਾਡੇ ਹੀ ਆਪਣੇ ਚੈਨਲ ਸਿ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਜਰੂਰ ਔਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਦੋਸਤੋ ਫਿਲਹਾਲ ਇੱਥੇ ਤੁਹਾਡੇ ਤੋਂ ਲੈਣਿਆ ਇਜਾਜ਼ਤ ਮਿਲਾਂਗੇ ਜਲਦ ਥੈਂਕ ਯੂ ਧੰਨਵਾਦ ਟੇਕ ਕੇਅਰ ਚਾਹ ਦਰਮਾ ਸਰਕਾਰ ਬਖਰਮਾ ਚਾਹ ਤਤੀ ਆ